जनाब इनू छड़ दो, लोग रोज ही डंगर लेके आ जाते हैं, सारा थाना गोहे नाल भरिया पिया। डंगर गोहे ही करते होंगे और गजरे लिया करते है, दुध नहीं फ्री का पींदा। तू फिकर ना करी, पट्ठे टाइम नाल खा लिया कर, चंगा तू अपना ध्यान नहीं रखती। अंदर चलो, मुलाकात का टाइम खत्म हो गया, चल अंदर चलो, मैं तेरे चंड मारू, अंदर चल। ਜਨ ਫਰੀਦ ਬਾਰੇ ਤੁਸਾਂ ਦਾ ਕੀ ਖਿਆਲ ਹੈ? ਨੇਕ ਨੀਅਤ ਦਾ ਲੱਗਦਾ ਹੈ, ਮੁੰਡਾ ਕਿਸੇ ਭਲੇ ਕਰਦਾ ਜਾਪਦਾ ਹੈ। ਸ਼ਕਲਾਂ ਦੇਖ ਕੇ ਨੀਅਤ ਦੇ ਅੰਦਾਜ਼ੇ ਨਹੀਂ ਲਗਾਈ ਦੇ। ਕੀ ਬਕਵਾਸ ਕਰਨਾ ਹੈ? ਧੀਆਂ ਭੈਣਾਂ ਦਾ ਇਤਬਾਰ ਉਸ ਬੰਦੇ ਤੇ ਕਰੀਦਾ ਜਿਹੜਾ ਖੁਦ ਧੀਆਂ ਭੈਣਾਂ ਵਾਲਾ ਹੋਵੇ। ਐਂ ਦਾ ਕੀ ਪਤਾ ਲਾਂਡਾ ਚਿਹੜਾ ਪਹਾੜਾਂ ਦਾ ਸਾਥੀ ਕਿਉਂ ਸਾਰਾ ਦਿਨ ਫਰੀਦ ਦੇ ਪਿੱਛੇ ਪਿਆ ਰਹਿਣਾ ਹੈ? ਪਤਾ ਨਹੀਂ ਕਿਸ ਵਕਤ ਦਾ ਮਾਰਿਆ ਸਾਡੇ ਪਰਿਵਾਰ ਚ ਆ ਰਲਿਆ ਜੇ। ਕਿਉਂ ਮੈਂ ਠੀਕ ਆ ਨਹੀਂ ਆ ਨਾ ਭਾਈ ਜਾਨ? ਇਸ ਸਾਜਨ ਵੀ ਨੂੰ ਆਪਣੇ ਘਰ ਚ ਪਨਾ ਦੇ ਕੇ ਬੜੀ ਵੱਡੀ ਭੁੱਲ ਕੀਤੀ ਜੇ ਤੁਸਾਂ। ਓਏ ਭੁੱਲ ਤਾਂ ਮੈਂ ਤੈਨੂੰ ਪਾਲ ਕੇ ਵੀ ਕੀਤੀ ਏ, ਹਰ ਗੱਲ ਵਿੱਚ ਆਵੜਨਾ ਏ। ਮੈਂ ਤੇ ਗੱਲ ਚ ਹੀ ਆਵੜਨਾ, ਤੁਸਾਂ ਤੇ ਮੁਸੀਬਤ ਲਿਆ ਘਰ ਚ ਆਉਣ ਵਾਲੀ ਜੇ। ਖਬਰਦਾਰ ਜੀ, ਇਹਨੂੰ ਮੁਸੀਬਤ ਕਿਹਾ ਸੂ, ਆਪ ਫੜ ਤੇ ਜਾ ਕੇ ਚਾਹ ਬਣਾ ਕੇ ਲਿਆ। ਇਹਦੇ ਚ ਲੈ ਕੇ ਆਵਾਂ ਚਾਹ ਪੀਣੀ ਆ ਜਾਂ ਡੋਬਣਾ ਇਹਦੇ ਚ? ਓਏ ਤੂੰ ਕਿਉਂ ਕੁੱਤੇ ਵਾਂਗ ਭੌਂਕਣਾ ਏ? ਮੈਂ ਤੇ ਭੌਂਕ ਨਹੀਂ ਆ, ਉਸਨੇ ਅੱਧੇ ਟੱਬਰ ਨੂੰ ਵੱਢ ਛੱਡਣਾ ਜੇ। ਹਾਏ ਅੱਲਾ, ਮੈਨੂੰ ਤਾਂ ਲੱਗਦਾ ਉਹ ਬੋਲ ਵੀ ਸਕਦਾ। गांधा कौन पिया सी? छत गांधी पई सी, छत चौंदियां तो बड़ी बार देखी है पर गांधी पहली बार सुनी है। मैनू ते मामला गड़बड़ जापदा, मैनू इंज क्यों लग रहा कि फ्रीद ही गा रहा सी। ए घड़ी का टाइम तो तू सैट कर देता बगू, हुन फरीद तेरा टाइम गलत आ गया। तू क्यों डरा रहे मैनू? ए फरीद दे कमरे वाल की करन चला सो? जान कहते चली ये सारा टब्बर ऊपर की करने गया। फरीद गूंगा नहीं है, वो बोल सकता है। चंड क्यों मारी? तेरे अब्बा हजूर खलोते ने अन्या वेख ला। अकल दिया अन्या क्यों गरीब दे पिछे हाथ धो के पै गया हूं? चलो वक्त खराब। आवाजा ते आ रही सन, कहते कोई भूत प्रेत आ नहीं सी। ऐ ते जिन निकल आया। नहीं नहीं मैं नहीं। क्यों तुसी पेशौर गए हो किसे जरूरी काम वास्ते? लड्डू खा। नहीं मैं चांड खा ली थी, तुसी भावे बार भी खाओ।
ਤੁਸੀਂ ਖਾ ਲਓ। ਮੈਨੂੰ ਤੇ ਲੱਗਿਆ ਸੀ ਹੁਣ ਤੱਕ ਤੁਸੀਂ ਬਾਲੋ ਸ਼ਾਹੀਆਂ ਵੀ ਖਾ ਲੀਤੀਆਂ ਹੋਣੀਆਂ। ਕਰਾਲੀ ਬੇਸਤੀ, ਇੰਨੀ ਛੇਤੀ ਨਹੀਂ ਮੈਂ ਹੱਥੋਂ ਦਾ। ਅੱਲਾ ਦੇ ਫਜ਼ਲ ਨਾਲ ਜਿਸ ਤਰ੍ਹਾਂ ਮੁੰਡੇ ਆਪਣੇ ਖੇਡ ਰਹੇ ਨਾ, ਇਨਸ਼ਾਅੱਲਾ ਜਿੱਤ ਆਪਣੀ ਹੋਵੇਗੀ। ਚੰਗਾ ਖੇਡ ਰਹੇ ਨੇ ਅੱਜ ਮੁੰਡੇ। ਓਏ ਕਿਆ ਬਾਤ ਹੈ, ਜਿੱਤਣਾ ਆਪਣੇ ਬੱਚੇ ਨੇ ਅੱਜ। ਸਲਾਮ ਅਲੈਕੁਮ। ਵਾਲੀਕੁਮ ਸਲਾਮ ਬੀਬੀ ਜੀ। ਭਾਈਜਾਨ, ਮੇਰੇ ਦੁਪੱਟੇ ਨੂੰ ਨਾ ਆਰੰਗ ਕਰੀ ਦੇ। ਹੋ ਜਾਏਗਾ ਬੀਬੀ ਜੀ। ਕਦੋਂ ਤੱਕ ਮਿਲੇਗਾ? ਕੱਲ ਤੱਕ ਦੇ ਦਾਂਗਾ। ਕੱਲ ਦੁਪਹਿਰ ਤੱਕ ਦੇ। ਠੀਕ ਹੈ ਜੀ, ਸ਼ੁਕਰੀਆ। ਮੈਂ ਸਹੀ ਆਨੀ ਆ ਨਾ? ਤੂੰ ਹਮੇਸ਼ਾ ਸਹੀ ਆਨੀ ਹੈ। ਓ ਫੁੱਫੀ ਜਾਨ, ਤੁਸੀਂ ਵੀ ਨਿਕਾਹ ਕਰਾ ਛੱਡੋ ਹੁਣ। ਤੁਹਾਡੇ ਨਾਲ ਦੇ ਤੇ ਕਾਂ ਵੀ ਕੰਧੋਂ ਦੇ ਬਹੁਤ ਹੋ ਚੁੱਕੇ ਜੇ। ਸੁੱਖ ਨਾਲ ਅਸੀਂ ਵੀ ਜਵਾਨ ਹੋ ਚੁੱਕੇ ਹਾਂ, ਸਾਡੇ ਤੇ ਵੀ ਕਿਸੇ ਦੀ ਮਿਹਰ ਦੀ ਨਜ਼ਰ ਪਵੇ। ਮੈਂ ਤੇ ਕਦੋਂ ਦੀ ਆਨੀ ਆ, ਬਾਹਰੋਂ ਮੁੰਡਾ ਲੱਭਣ ਦੀ ਲੋੜ ਕੋਈ। ਫਰੀਦ ਤੋਂ ਚੰਗਾ ਮੁੰਡਾ ਪੂਰੇ ਫਰੀਦਕੋਟ ਚੋਂ ਨਾ ਮਿਲ ਸੀ। ਹਾਂ, ਪਰ ਮੈਨੂੰ ਨਹੀਂ ਲੱਗਦਾ ਫੁੱਫੀ ਫਰੀਦ ਲਈ ਰਾਜ਼ੀ ਹੋ ਸੀ। ਮੈਂ ਤਾਂ ਰਾਜੀ ਜੀ, ਬਸ ਇੱਕੋ ਗੱਲ ਦਾ ਅਫਸੋਸ ਜੇ ਕਿ ਅਸੀਂ ਦਿਲ ਦੀਆਂ ਗੱਲਾਂ ਕਿਵੇਂ ਸਾਂਝੀਆਂ ਕਰਾਂਗੇ। ਬੋਲਦਾ ਜੋ ਕੋਦੀ ਜਨਾਨੀਆਂ ਕਿੱਥੇ ਬੰਦੇ ਨੂੰ ਬੋਲਣ ਦੇਂਦੀਆਂ। ਸ਼ੁਕਰ ਹੈ ਅੱਲਾ ਦਾ ਉਹ ਪਹਿਲੇ ਹੀ ਚੋਪੇ। ਉਹਨੂੰ ਤਾਂ ਬੋਲਣ ਦੀ ਵੀ ਲੋੜ ਕੋਈ, ਬਿਨਾਂ ਬੋਲੇ ਬਹੁਤ ਕੁਛ ਆਖ ਜਾਂਦਾ ਹੈ ਉਹ। ਮੇਰੀਆਂ ਗੱਲਾਂ ਤੇ 10 ਵਾਰ ਸੁਣਾਉਂਦਾ ਤਾਂ ਸੁਣਦੀ ਏ, ਉਹਦੀਆਂ ਬੜੀਆਂ ਰਾਮਜਾਂ ਸਮਝਦੀ ਏ ਤੂੰ। ਕਿਉਂ ਮਰੀਅਮ, ਮੁੰਡਾ ਠੀਕ ਜੇ ਨਾ? ਮੁੰਡਾ ਤਾਂ ਠੀਕ ਹੈ ਫੁੱਫੀ ਜਾਨ, ਪਰ ਕਿਹਦੇ ਲਈ ਠੀਕ ਹੈ ਇਹ ਤਾਂ ਅੱਲਾ ਹੀ ਜਾਣੇ।